ਕੀ ਕਰਦੇ ਆ ਜਿਹੜਾ ਸਾਡਾ ਗੁਜ਼ਰਿਆ ਹੁੰਦਾ ਕੋਈ ਵੱਡਾ ਉਹਦਾ ਦੀਵਾ ਜਗਾ ਕੇ ਆਉਣੇ ਆ ਉੱਥੇ ਰਾਤ ਨੂੰ ਉਹਦੇ ਕੋਲ ਕੋਈ ਨਾ ਹੁੰਦੀਆਂ ਮੜੀਆਂ ਚਿੱਟੀਆਂ ਨਹੀਂ ਹੁੰਦੀਆਂ ਜਦੋਂ ਸਾਡੇ ਮਨ ਚ ਭੂਤ ਦੀ ਸ਼ਕਲ ਤਾਂ ਹੈ ਨੀ ਕੋਈ ਸਾਡਾ ਸ਼ਮਸ਼ਾਨ ਘਾਟ ਆ ਇਹ ਸਾਨੂੰ ਪਤਾ ਸਾਡੇ ਮਨ ਦੇ ਕਿਸੇ ਨਾ ਕੋਈ ਡਰ ਬੈਠਾ ਵੀ ਭੂਤ ਹੁੰਦੇ ਇੱਥੇ ਕੁੜੀਆਂ ਤਾਂ ਜਮੇ ਨਿਕਲਦੀਆਂ ਨੀ ਕੁੜੀਆਂ ਤਾਂ ਆਪ ਘਰੋਂ ਨਹੀਂ ਘਰ ਕੱਢਦੇ ਉਹ ਜਦੋਂ ਜਿਹੜੇ ਜਾਂਦੇ ਆ ਨਾ ਮਗਰ ਮੱਖੀ ਬਣੇ ਉਹ ਬਣਾਏ ਹੁੰਦੇ ਆਪਾਂ ਉਹਨਾਂ ਦੀਆਂ ਮੜੀਆਂ ਚਿੱਟੀਆਂ ਨਹੀਂ ਹੁੰਦੀਆਂ ਜਦੋਂ ਸਾਡੇ ਮਨ ਚ ਭੂਤ ਦੀ ਸ਼ਕਲ ਤਾਂ ਹੈ ਨੀ ਕੋਈ ਸਾਡਾ ਸ਼ਮਸ਼ਾਨ ਘਾਟ ਆ ਇਹ ਸਾਨੂੰ ਪਤਾ ਸਾਡੇ ਮਨ ਦੇ ਕਿਸੇ ਨਾ ਕੋਈ ਡਰ ਬੈਠਾ ਵੀ ਭੂਤ ਹੁੰਦੇ ਇੱਥੇ ਆ ਭਾਵੇਂ ਕਹਿੰਦੇ ਸਰਪਾ ਹੁੰਦੇ ਤਾਂ ਹੈਗੇ ਐਵੇਂ ਤਾਂ ਲੋਕ ਕਹਿੰਦੇ ਹੁੰਦੇ ਹੀ ਹੈ ਠੀਕ ਆ ਅਸੀਂ ਡਰ ਜਾਂਗੇ ਜੇ ਕੋਈ ਵੀ ਖੜਾਕ ਹੋ ਗਿਆ ਤਾਂ ਸਾਨੂੰ ਹੋਊ ਵੀ ਆ ਗਿਆ ਹੁਣ ਆਪਾਂ ਹੁਣ ਭੱਜ ਲਓ ਇੱਥੋਂ ਕਿਉਂਕਿ ਸਾਡੇ ਮਨ ਚ ਭਰੀ ਹੋਈ ਹੈ ਗੱਲ ਭਰੀ ਹੋਈ ਹੈ ਜਦੋਂ ਜਿਹੜੀ ਬੰਦੇ ਦੇ ਮਨ ਚ ਕਿਉਂਕਿ ਉਹਦੀ ਸਾਈਕਾਲੋਜੀ ਮਾਨਸਿਕਤਾ ਉਹਦੇ ਅਸਰ ਹੋਇਆ ਹੋਇਆ ਜੇਕਰ ਸਾਨੂੰ ਪਤਾ ਨਹੀਂ ਵੀ ਇਹ ਸ਼ਮਸ਼ਾਨ ਘਾਟ ਆ ਫਿਰ ਸਾਨੂੰ ਕੁਛ ਨਹੀਂ ਹੁੰਦਾ ਫਿਰ ਸਾਨੂੰ ਕੁਛ ਨਹੀਂ ਤੁਰੇ ਫਿਰਾਂਗੇ ਇੱਕ ਬੰਦਾ ਸੀ ਬੜਾ ਉਹ ਕਿਸੇ ਆਪਦੀ ਭੈਣ ਕੋਲ ਚਲਾ ਗਿਆ ਮੇਰੇ ਕੋਲ ਆਹ ਮੈਂ ਠੀਕ ਕੀਤਾ ਬਹੁਤ ਪੁਰਾਣੀ 20 ਸਾਲ ਹੋ ਗਏ ਮੈਂ ਕਿਹਾ ਤੈਨੂੰ ਗੱਲ ਕੀ ਆ ਕਹਿੰਦਾ ਗੱਲ ਕੀ ਹੋਣੀ ਸੀ ਯਾਰ ਕਹਿੰਦਾ ਮੈਂ ਮਜ਼ਦੂਰ ਸੀ ਬੰਦਾ ਉਹ ਕਹਿੰਦਾ ਮੇਰਾ ਜੀਜਾ ਕਹਿੰਦਾ ਸਿਰੀ ਲੱਗ ਗਿਆ ਸੀ ਫਲਾਣੇ ਪਿੰਡ 'ਚ ਅਤੇ ਮੈਂ ਉਹਦੀ ਨਾ ਥਾਂ 'ਤੇ ਪਾਣੀ ਲਵਾਉਣ ਜਾ ਵੜਿਆ ਪਾਣੀ ਰਾਤ ਨੂੰ ਖੇਤ ਦਾ ਅਤੇ ਉੱਥੇ ਕਹਿੰਦਾ ਅੱਗ ਬਲੀ ਜਾਂਦੀ ਸੀਗੀ ਅਤੇ ਮੈਂ ਉੱਥੇ ਪਾਣੀ ਲਾਇਆ ਕਰਾਂ ਅਤੇ ਅੱਗ ਸੇਕਣ ਲੱਗ ਜਾ ਕਰਾਂ ਸੇਕਦਾ ਰਿਹਾ ਸੇਕ ਲਿਆ ਕਰਾਂ ਮੈਂ ਅਤੇ ਉਹ ਕੀ ਹੋਇਆ ਉੱਥੇ ਮਸਲਾ ਕੀ ਹੋਇਆ ਵੀ ਉਹ ਜਦੋਂ ਮੈਂ ਸੇਕੀ ਗਿਆ ਸਾਰੇ ਰਾਤ ਨੰਘ ਹੀ ਪਾਣੀ ਲੱਗ ਗਿਆ ਮੈਂ ਅੱਗੇ ਸੌਂ ਗਿਆ ਅਤੇ ਮੈਂ ਆਪਦੀ ਭੈਣ ਨੂੰ ਦੱਸਿਆ ਵੀ ਪਾਣੀ ਪੂਣੀ ਤਾਂ ਠੀਕ ਲੱਗ ਗਿਆ ਅਤੇ ਪਤਾ ਨਹੀਂ ਅੱਗ ਬਲੀ ਜਾਂਦੀ ਸੀ ਮੈਂ ਤਾਂ ਉਹਨੇ ਬਚਾ ਤਾ ਠੰਡ ਸੀਗੀ ਮੈਂ ਸੇਕਦਾ ਰਿਹਾ ਹੁਣ ਉਹਦੀ ਭੈਣ ਕਹਿੰਦਾ ਪੜ੍ਹੀ ਸੀ ਲੈ ਕਹਿੰਦੀ ਹੋ ਗਿਆ ਬਾਈ ਤੂੰ ਉਹੀ ਗੱਲ ਕਰਤੀ ਕਹਿੰਦਾ ਕੀ ਕਰਤੀ ਉਹ ਕਹਿੰਦੀ ਸਾਡੇ ਪਿੰਡ ਦੇ ਨੌਜਵਾਨ ਮੁੰਡੇ ਦੀ ਮੌਤ ਹੋਈ ਆ ਅਤੇ ਕਮਲਿਆ ਤੂੰ ਸਿਵੇ 'ਤੇ ਅੱਗ ਸੇਕ ਦੇਣਾ ਤੇਰਾ ਕੰਮ ਤਾਂ ਹੋ ਗਿਆ ਉਹਦਾ ਹੋ ਗਿਆ ਕੰਮ ਸੱਚੋ ਹੀ ਜਦੋਂ ਪਿਆ ਉਹਨੂੰ ਦਿਸਣ ਲੱਗ ਗਿਆ ਉਹਦੇ ਮਗਰ ਪੈ ਗਿਆ ਨੀਂਦ ਨਾ ਆਇਆ ਕਰੇ ਉਹ 2 ਸਾਲ ਵਿਚਾਰਾ ਭਟਕਦਾ ਰਿਹਾ ਐਂ 10 ਸਾਲ ਪਹਿਲਾਂ ਉਹ ਅਸੀਂ ਕੇਂਦਰ ਚਲਾਉਂਦੇ ਹੁੰਦੇ ਸੀ ਇੱਥੇ ਲੱਖੇ ਵਾਲੀ ਹੁਣ ਨਹੀਂ ਚਲਾਉਂਦੇ ਉਹ ਜਦੋਂ ਮੇਰੇ ਕੋਲ ਮੈਂ ਉਹਨੂੰ ਪੁੱਛਿਆ ਗੱਲ ਕੀ ਹੈ ਕਹਿੰਦਾ ਵੀ ਗੱਲ ਇਹ ਹੋ ਗਈ ਹੁਣ ਜੇਕਰ ਉਹਦੀ ਭੈਣ ਨਾ ਨਾ ਦੱਸਦੀ ਵੀ ਤੂੰ ਤਾਂ ਸਿਗਾ ਸੇਕ ਕਿਆ ਉਹਨੂੰ ਕੁਛ ਨਹੀਂ ਹੋਣਾ ਸੀ ਕਿਉਂਕਿ ਉਹਦੀ ਮਾਨਸਿਕਤਾ 'ਤੇ ਅਸਰ ਪੈ ਗਿਆ ਯਾਰ ਮੈਂ ਤਾਂ ਕੰਮ ਹੀ ਗਲਤ ਕਰ ਲਿਆ ਮੈਂ ਉਹਨੂੰ ਕੀ ਕੀਤਾ ਤੁਸੀਂ ਮੈਂ ਕੀ ਕੀਤਾ ਉਹਨੂੰ ਕਿਹਾ ਕੁਛ ਨਹੀਂ ਕਿਹਾ ਵੀ ਨਹੀਂ ਹੁੰਦੇ ਕੁਛ ਨਹੀਂ ਹੁੰਦਾ ਮੈਂ ਕਿਹਾ ਠੀਕ ਹੈ ਮੈਂ ਉਹਨੂੰ ਹਿਪਨੋਟਾਈਜ਼ ਕੀਤਾ ਅੱਧਾ ਘੰਟਾ ਲਾ ਕੇ ਫਿਰ ਉਹਨੂੰ ਸੁਝਾਅ ਦਿੱਤੇ ਕੀ ਦਿੱਤੇ ਵੀ ਉਹ ਬੰਦਾ ਉਵੇਂ ਹੀ ਮਰਕਰੀ ਗ੍ਰਾਈਡ ਨੂੰ ਫੜਾਇਆ ਵੀ ਆਹ ਤੇਰੀ ਮੁੱਠੀ ਸਵਾਹ ਕਰਤਾ ਹੁਣ ਉਹ ਆਉਂਦਾ ਨਹੀਂ ਅਤੇ ਹੁਣ ਤੂੰ ਠੀਕ ਹੈ ਤੇਰਾ ਸਰੀਰ ਵੀ ਠੀਕ ਹੈ ਤਾਂ ਨੀਂਦ ਆਇਆ ਕਰੂਗੀ ਤੂੰ ਜਿਹੜੇ ਮਰੀ ਸ਼ਮਸ਼ਾਨ ਘਾਟ ਜਾਤੇ ਮਗਰ ਭੂਤ ਆਉਂਦਾ ਹੀ ਨਹੀਂ ਇਹ ਉਹਨੂੰ ਸਭ ਕੌਨਸ਼ੀਅਸ ਮਾਇੰਡ 'ਚ ਲਿਜਾ ਕੇ ਸੁਝਾਅ ਦਿੱਤੇ ਆ ਜਿਹੜੇ ਮਾਇੰਡ ਵਿੱਚ ਸਾਨੂੰ ਡਰ ਲੱਗਦਾ ਮਾਇੰਡ ਦੇ ਦੋ ਹਿੱਸਿਆਂ ਦੇ ਕੌਨਸ਼ੀਅਸ ਅਸੀਂ ਕਹਿ ਦੇ ਕੁੜੀਆਂ ਕੁਛ ਨਹੀਂ ਕਰ ਸਕਦੀਆਂ ਅਸੀਂ ਕੁਛ ਨਹੀਂ ਕਰ ਸਕਦੇ ਹੁਣ ਜਿਹੜੇ ਸਾਡੇ ਖਿਡਾਰੀ ਆ ਤੁਸੀਂ ਖਿਡਾਰੀਆਂ ਨੂੰ ਸਮਝਦੇ ਬਹੁਤ ਕਿਤਾਬਾਂ ਪੜ੍ਹਦੇ ਹੋ ਖਿਡਾਰੀ ਹੁਣ ਉਹਨਾਂ ਦਾ ਗੋਣਾ ਚੰਗੀ ਗੱਲ ਆ ਹੁਣ ਆਪਣਾ ਮਿਲਖਾ ਸਿੰਘ ਜੇ ਕਿਸੇ ਨੇ ਪੈਸੇ ਲੈ ਕੇ ਲਿਖੀ ਸੀ ਪਾਸ਼ ਨੇ ਉਹਨੂੰ ਕਿਸੇ ਨੇ ਹੋਰ ਛਾਪਿਆ ਇੱਕ ਹੁਣ ਹੋਰ ਛਾਪੀ ਹੋਈ ਇੰਗਲਿਸ਼ ਤੋਂ ਪੰਜਾਬੀ 'ਚ ਆ ਭਾਗ ਮਿਲਖਾ ਭਾਗ ਫਿਲਮ ਦੇ ਨਾਲ ਕਿਤਾਬ ਛਪੀ ਹੋਈ ਆ ਉਹ ਪੜ੍ਹ ਕੇ ਵੇਖੋ ਜੇ ਆਪਾਂ ਸੈਂਟੀਫਿਕ ਟੈਂਪਰਾਮੈਂਟ ਦੀ ਗੱਲ ਕਰਨੀ ਤਾਂ ਫਿਰ ਆਪਾਂ ਸੈਂਟੀਫਿਕ ਨਜ਼ਰੀਏ ਵਿੱਚ ਰਹਿ ਕੇ ਫਿੱਟ ਕਰਕੇ ਫਿਰ ਵੇਖਾਂਗੇ ਉਹਨੂੰ ਫਿਰ ਇਹ ਨਹੀਂ ਵੇਖਦੇ ਵੀ ਕੌਣ ਆ ਇਹ ਦੱਸਦਾ ਜਾਂ ਦੱਸਦਾ ਵੀ ਸੁਪਰ ਅੰਧ ਵਿਸ਼ਵਾਸ ਨਹੀਂ ਹੁੰਦੇ ਜਾਂ ਇਹਨਾਂ ਗੱਲਾਂ ਦਾ ਆਹ ਅਸਰ ਆ ਹਜੇ ਸਾਡੇ ਪਿੰਡਾਂ 'ਚ ਬਹੁਤ ਸਾਰੇ ਬਜ਼ੁਰਗ ਬੈਠੇ ਆ ਜਿਹੜੇ ਦੱਸਦੇ ਸਿੱਖਿਆ ਦਿੰਦੇ ਆ ਮੈਂ ਕਹਿੰਦਾ ਉਹ ਡਾਕਟਰ ਨਾਲ ਬਹੁਤ ਚੰਗੇ ਆ ਜਿਹੜਾ ਡਾਕਟਰ ਕਹਿੰਦਾ ਦੇ ਮਨ ਤੇ ਬੋਝ ਆ ਇਹਨੂੰ ਦੂਜਾ ਕਰਾ ਲੈਣੀ ਵੀ ਉਹਦਾ ਫਾਇਦਾ ਹੀ ਹੈਣੀ ਫਿਰ ਕਿਉਂ ਟੰਗੀ ਆ ਇਹ ਨਾਲ ਸਮਾਜ ਦੇ ਵਿੱਚ ਹੋਰ ਕਿੰਨੀ ਬੁਰਾਈ ਜਾਂਦੀ ਆ ਵੀ ਡਾਕਟਰ ਟੰਗੀ ਬੈਠਾ ਅਸੀਂ ਵੀ ਟੰਗ ਲੈਂਦੇ ਆ ਜਿਹੜੇ ਜਿਹੜੇ ਨਿੰਬੂ ਮਿਰਚਾਂ ਵੇਚਦੇ ਆ ਨਾ ਰੇਹੜੀਆਂ ਵਾਲੇ ਉਹ ਟੰਗੀ ਬੈਠਾ ਮੈਂ ਕਿਹਾ ਤੂੰ ਕੋ ਟੰਗੇ ਯਾਰ ਕਹਿੰਦਾ ਜੀ ਹੂੰ ਟੰਗਿਆ ਮੈਂ ਤਾਂ ਫ੍ਰੀ ਟੰਗਿਆ ਦਾ ਤੇ ਮੈਂ ਕਿਹਾ ਤੂੰ ਕੋ ਟੰਗਾਈ ਕਹਿੰਦਾ ਮੇਰੇ ਸਮਾਨ ਲਿਆ ਸੀ ਮੇਰੇ ਟੰਗਿਆ ਕਹਿੰਦਾ ਮੈਨੂੰ ਕੀ ਹੋਇਆ ਮਤਲਬ ਹੁਣ ਜੇ ਉਸ ਗੱਲ ਦਾ ਅਸਰ ਪੈਂਦਾ ਨਾ ਮਾਈਂਡ ਦੇ ਉੱਤੇ ਜਿਹੜੇ ਸਾਈਕੈਟਰੀ ਡਾਕਟਰ ਆ ਮਾਨਸਿਕ ਰੋਗਾਂ ਦੇ ਹੁਣ ਜਿਵੇਂ ਪਹਿਲਾਂ ਮੈਡਮ ਦੱਸ ਰਹੇ ਸੀ ਵੀ ਕੋਈ ਬੰਦਾ ਮਨ ਨੂੰ ਦਿਲ ਨਹੀਂ ਲੱਗਦਾ ਉਹਦਾ ਫਿਰ ਉਹਦੇ ਮਾਈਂਡ 'ਚੋਂ ਕਿਵੇਂ ਗੱਲ ਨਿਕਲਣੀ ਮੈਂ ਵੀ ਦੱਸ ਦੂੰਗਾ ਤੁਸੀਂ ਵੀ ਸਿੱਖ ਸਕਦੇ ਹੋ ਬਹੁਤ ਸੌਖੀ ਪ੍ਰਕਿਰਿਆ ਔਖਾ ਕੁਛ ਨਹੀਂ ਉਹ 'ਚ ਲੱਗਦਾ ਵੀ ਬਹੁਤ ਔਖਾ ਹੁੰਦਾ ਸਿਰਫ ਇੱਕੋ ਹੀ ਗੱਲ ਆ ਮੈਂ ਦੱਸਦਾ ਨਹੀਂ ਇੱਕ ਵਾਰੀ ਕੀ ਹੋਇਆ ਅਸੀਂ ਨਵਾਂ ਨਵਾਂ ਕੰਮ ਸਿੱਖਿਆ ਅਤੇ ਸਾਡੇ ਨਾਲ ਇੱਕ ਮਿੱਤਰ ਜਾ ਵੜਿਆ ਸਾਡਾ ਉਹ ਜਦੋਂ ਕਿਸੇ ਬੰਦੇ ਨੂੰ ਹਿਪਨੋਟਾਈਜ਼ ਕਰ ਲਈਏ ਤਾਂ ਐਂ ਨਹੀਂ ਹੁੰਦਾ ਵੀ ਹਰੇਕ ਕਰ ਸਕਦਾ ਜਿਹੜੀ ਉਸ ਬੰਦੇ ਦੇ ਮਨ 'ਚ ਭਰੀ ਹੋਈ ਹੈ ਗੱਲ ਅੰਦਰੋਂ ਕੁੰਡੀ ਲਾ ਲਈ ਉਹ ਬੰਦਾ ਉਸ ਅਵਸਥਾ ਵਿੱਚ ਚਲਾ ਗਿਆ ਜਿਹੜੇ 'ਚ ਆਉਂਦਾ ਸੀ ਉਹਦਾ ਅਤੇ ਜਦੋਂ ਉਹ ਅਵਸਥਾ 'ਚ ਆ ਜਾਵੇ ਫਿਰ ਉਹ ਜ਼ੋਰ ਬਹੁਤ ਆ ਜਾਂਦਾ ਆਪਾਂ ਕਹਿੰਦੇ ਵੀ ਭੂਤ ਆਇਆ ਪਿਆ ਜ਼ੋਰ ਬਹੁਤ ਹੈ ਜ਼ੋਰ ਜ਼ਾਰ ਨਹੀਂ ਹੁੰਦਾ ਹਰੇਕ 'ਚ ਉਹਨਾਂ ਹੁੰਦਾ ਪਰ ਅਸੀਂ ਉਹਨੂੰ ਵਰਤਦੇ
ਜਦੋਂ ਉਹ ਆ ਗਿਆ ਉਸਨੇ ਜਿਹੜਾ ਸਾਡਾ ਬੰਦਾ ਸੀ ਉਹਨੂੰ ਫੜ ਕੇ ਇੱਥੋਂ ਤੇ ਤਾਂ ਚੱਕ ਲੈ ਤੇ ਕੁੰਡੀ ਲੱਗੀ ਸੀ ਉਹ ਚੀਕਾਂ ਮਾਰੇ ਹੁਣ ਅੰਦਰ ਲਾ ਵੀ ਮੈਨੂੰ ਛੁਡਾਓ ਫਿਰ ਮਸਾਂ ਬਾਰੀ ਬੂਰੀ ਤੋੜ ਕੇ ਉਹਨੂੰ ਬਚਾਇਆ ਤੇ ਅੱਗੇ ਤੋਂ ਕਿਹਾ ਵੀ ਦੋ ਬੰਦੇ ਕੋਲੇ ਹੋਣੇ ਮੁੰਡਾ ਜੀ ਕਰਨ ਵਾਲੇ ਜੇ ਇਹਨੇ ਕੋਈ ਅਸੀਂ ਵੈਸੀ ਹਰਕਤ ਕਰਤੀ ਸੰਭਾਲਣ ਵਾਲੇ ਵੀ ਚਾਹੀਦੇ ਆ ਇਸ ਲਈ ਜਦੋਂ ਹੁਣ ਟੂਣਾ ਕੋਈ ਬੰਦਾ ਲੈਣ ਜਾਂਦਾ ਅਸੀਂ ਕਿਤੇ ਜਾ ਰਹੇ ਸੀ ਮੇਰੇ ਨਾਲ ਮੇਰਾ ਸਕੂਲ ਦਾ ਗਰਲ ਸੀ ਮੈਂ ਕਿ ਦਰਵੇ ਹੁੰਦਾ ਉਹ ਸਾਡੇ ਸਕੂਲ ਦਾ ਇੱਕ ਚੌਕੀਦਾਰ ਸੀਗਾ ਰੱਖਿਆ ਪ੍ਰਾਈਵੇਟ ਮੈਂ ਉਹਨੂੰ ਕਿਹਾ ਵੀ ਚੱਕ ਲਾ ਤੇਰਾ ਸਮਾਨ ਕਾਰ 'ਚ ਪਿਆ ਕਹਿੰਦਾ ਕਿੱਥੋਂ ਲਿਆ ਮੈਂ ਟੂਣੇ ਤੋਂ ਕਹਿੰਦਾ ਠੀਕ ਆ ਆਪਾਂ ਨੂੰ ਪਾਸ ਆ ਕਹਿੰਦਾ ਅਨਪੜ੍ਹ ਬੰਦਾ ਕਹਿੰਦਾ ਉਹ ਲੈ ਗਿਆ ਉਸ ਗੱਲ ਤੋਂ ਸਾਨੂੰ ਸਵਾਲ ਕਰਦੇ ਯਾਰ ਵੀ ਆਹ ਆਫੀਸਰ ਆ ਤੁਸੀਂ ਕਹਿੰਦੇ ਗਲਤ ਆ ਜਾਂ ਪੋਲੀਟੀਕਲ ਬੰਦਾ ਜਾ ਵੜਿਆ ਪੋਲੀਟੀਕਲ ਬੰਦੇ ਦੀ ਤਾਂ ਲੋੜ ਆਪਦੀ ਉਹਦੀ ਮਜਬੂਰੀ ਹੈ ਪਰੰਤੂ ਜਿਹੜੇ ਬੰਦੇ ਸਾਡਾ ਫਰਜ਼ ਕੀ ਬਣਦਾ ਹਰੇਕ ਨਾਗਰਿਕ ਚਾਹੇ ਉਹ ਵਿਦਿਆਰਥੀ ਮੁੰਡਾ ਕੁੜੀ ਅਧਿਆਪਕ ਆ ਕੋਈ ਵੀ ਹੈ ਕਿ ਜਿਹੜੀ ਗੱਲ ਠੀਕ ਨਹੀਂ ਸਮਾਜ ਵਾਸਤੇ ਨੁਕਸਾਨਦੇਹ ਆ ਉਹਦੇ ਬਾਰੇ ਉਹ ਆਪਦਾ ਖਿਆਲ ਇਸ ਲਈ ਇਸ ਗੱਲ ਦਾ ਖਿਆਲ ਰੱਖਣਾ ਤੇ ਲਿਟਰੇਚਰ ਜਿਹੜਾ ਹੈਗਾ ਜੇ ਕਿਤੇ ਫੇਰ ਆਏ ਤਾਂ ਲਿਟਰੇਚਰ ਹਰੇਕ ਨੇ ਆਪਦੇ ਘਰੇ ਰੱਖਣਾ ਦ੍ਰਿਸ਼ਟੀਕੋਣ ਹੈ ਉਹਨੂੰ ਸੇਧ ਦੇਣ ਦੀ ਲੋੜ ਹੈ ਤੇ ਜਿਹੜੇ ਬਾਕੀ ਸਾਰੇ ਰਿਜ਼ਲਟਸ ਆ ਉਹ ਮਿਲ ਜਾਣਗੇ ਜਿਹੜੀ ਤੁਹਾਡੀ ਕੰਟਰੀਬਿਊਸ਼ਨ ਟੂਵਰਡਸ ਯੂਅਰ ਲਾਈਫ ਟੂਵਰਡਸ ਯੂਅਰ ਫੈਮਿਲੀ ਟੂਵਰਡਸ ਯੂਅਰ ਸੁਸਾਇਟੀ ਟੂਵਰਡਸ ਯੂਅਰ ਨੇਸ਼ਨ ਮੇਰੇ ਖਿਆਲ ਜਿਹੜਾ ਤੁਹਾਡਾ ਅਲਟੀਮੇਟ ਗੋਲ ਉਹ ਮਿਲ ਜਾਏਗਾ ਅਤੇ ਦ੍ਰਿਸ਼ਟੀਕੋਣ ਚੇਂਜ ਕਰਨਾ ਬਹੁਤ ਵੱਡਾ ਬਹੁਤ ਵੱਡੀ ਗੱਲ ਹੈ ਮੈਨੂੰ ਲੱਗਦਾ ਕਿ ਇਹਦੇ 'ਤੇ ਕੰਸਨਟ੍ਰੇਟ ਕਰਨਾ ਪਊਗਾ ਕਾਫੀ ਸੋਚਣਾ ਪਊਗਾ ਇੱਕ ਗੱਲ ਹੋਰ ਤੁਹਾਡੇ ਤੋਂ ਪਤਾ ਲੱਗੀ ਹੈ ਕਿ ਇਹਨਾਂ ਦੇ ਅਗੇਂਸਟ ਜਿਹੜਾ ਐਕਟ ਬਣਿਆ 1957 ਦਾ ਅਗਰ ਕਦੀ ਕੋਈ ਪ੍ਰੋਬਲਮ ਆਵੇ ਤਾਂ ਅਸੀਂ ਇਹਨੂੰ ਹਵਾਲਾ ਦੇ ਕੇ ਕੋਈ ਵੀ ITI ਜਾਂ ਕੋਈ ਹੋਰ ਇਨਫੋਰਮੇਸ਼ਨ ਜਿਹੜੀ ਹੈ ਉਹਦੇ ਅਗੇਂਸਟ ਕੁਛ ਕਰ ਸਕਦੇ ਹਾਂ ਇੱਕ ਗੱਲ ਹੋਰ ਤੁਹਾਡੇ ਤੋਂ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਕਿ ਲਿਟਰੇਚਰ ਹੁੰਦੀ ਆ ਹੁਣ ਮੈਂ ਬਿਲਕੁਲ ਹੀ ਡਰੂੰਗੀ ਲੰਘ ਜਾਇਆ ਕਰੋ ਇੱਕ ਗੱਲ ਮੈਂ ਹੋਰ ਕਹਿਣੀ ਚਾਹੂੰਗੀ ਜਿਹੜੀ ਲੇਟੈਸਟ ਮੈਨੂੰ ਪਤਾ ਲੱਗੀ ਹੈ ਕੱਲ ਨਿਊਜ਼ ਵਿੱਚ ਸੀਗਾ ਕਿ ਕਿਸੇ ਲੜਕੇ ਦੇ ਨਾ ਉੱਪਰੋਂ ਟਰੱਕ ਨਿਕਲ ਗਿਆ ਤੇ ਉਹਦੇ ਦੋ ਹਿੱਸੇ ਹੋ ਗਏ ਦੋ ਹਿੱਸੇ ਦਿਖਾ ਰਹੇ ਸੀ ਉਹ ਕਹਿੰਦੇ ਸੀ ਤੁਸੀਂ ਡਰ ਜਾਓਗੇ ਵੀ ਇੰਨੀ ਇਹਦੀ ਬਾਡੀ ਜਿਹੜੀ ਖਰਾਬ ਹੋ ਚੁੱਕੀ ਹੈ ਔਰ ਅੱਧਾ ਪਾਰਟ ਜਿਹੜਾ ਔਰ ਉਹ ਦੋਨੋਂ ਹੱਥਾਂ ਨਾਲ ਆਵਾਜ਼ ਮਾਰ ਰਿਹਾ ਸੀ ਵੀ ਕੋਈ ਜਣਾ ਗੱਡੀ ਰੋਕੋ ਮੈਨੂੰ ਕਿਸੇ ਗੱਡੀ ਵਿੱਚ ਹਸਪੀਟਲ ਪਹੁੰਚਾਓ ਵੀ ਮੈਂ ਮਰ ਰਿਹਾ ਵਾਂ ਉਹਦੇ ਕੋਲ ਬਹੁਤ ਗੱਡਾ ਰਹੇ ਸੀ ਕਿ ਰਿਕਾਰਡਿੰਗ ਕਰਦੇ ਕਰਦੇ ਉਹ ਲੜਕੇ ਨੇ ਬਹੁਤ ਰੋਲਾ ਪਾਇਆ ਕਿ ਮੈਨੂੰ ਪਲੀਜ਼ ਲੈ ਜਾਓ ਤੁਸੀਂ ਹਸਪੀਟਲ ਲਾਸਟ ਵਿੱਚ ਇਹ ਜਦੋਂ ਐਂਬੂਲੈਂਸ ਆਈ ਹੈ ਤੇ ਉਹਨੂੰ ਪੁੱਛਿਆ ਗਿਆ ਉਹਦੇ ਕੋਲ ਦੋ ਤਿੰਨ ਵਰਡ ਇਕਨੋਮਿਕਸ ਡਿਪਾਰਟਮੈਂਟ ਲੈ ਲਓ